ਮੋਰਿੰਡਾ ਦੇ ਵਿੱਚ ਜਿਹੜਾ ਬੇਅਦਬੀ ਦਾ ਇੰਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਕਈ ਵੱਡੇ ਫੇਰਬਦਲ ਕੀਤੇ ਗਏ ਨੇ ਤਾਂ ਦੋ ਕਮੇਟੀਆਂ ਦਾ ਗਠਨ ਹੋਇਆ ਇੱਕ 8 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਕਾਨੂੰਨੀ ਤੌਰ ਦੇ ਉੱਪਰ ਜੋ ਵੀ ਪੈਰਵਾਈ ਹੋਵੇਗੀ ਉਹਨਾਂ ਵੱਲੋਂ ਕੀਤੀ ਜਾਵੇਗੀ ਦੂਸਰੀ 5 ਮੈਂਬਰੀ ਕਮੇਟੀ ਬਣਾਈ ਹੈ ਜੋ ਮੇਰੇ ਨਾਲ ਹੈਗੇ ਨੇ ਔਰ ਗੱਲਬਾਤ ਕਰਦੇ ਹਾਂ ਮਨਦੀਪ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਿਹੜੀ ਤੁਹਾਡੀ 5 ਮੈਂਬਰੀ ਕਮੇਟੀ ਹੈਗੀ ਹੈ ਮੈਂਬਰ ਹੈ ਕਿਹੜੇ ਆ ਔਰ ਕੀ ਉਹਨਾਂ ਦਾ ਮੇਨ ਜਿਹੜਾ ਹੈਗਾ ਰਹੇਗਾ ਇਸ ਕਮੇਟੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਨਵੀਂ ਕਮੇਟੀ ਅੱਜ ਸੰਗਤ ਨੇ ਬਣਾਈ ਹੈ ਜੀ ਇਹ ਸੰਪਰਦਾਵਾਂ ਸਿੱਖ ਸੰਪਰਦਾਵਾਂ ਜਥੇਬੰਦੀਆਂ ਸਾਡੇ ਨੇੜੇ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਉਹਨਾਂ ਦੇ ਮੈਨੇਜਰ ਸਾਹਿਬਾਨ ਆਏ ਹੋਏ ਤੇ ਸਾਡੇ ਮੋਰਿੰਡੇ ਸ਼ਹਿਰ ਦੀ ਸੰਗਤ ਆਈ ਹੋਈ ਸੀ ਸਾਰੀ ਸੰਗਤ ਦੀ ਰਜਾਮੰਦੀ ਦੇ ਨਾਲ ਇਹ ਸਾਡੇ 5 ਸਿੰਘ ਖੜੇ ਹਾਂ ਸੋ ਇਹਨਾਂ 5 ਮੈਂਬਰੀ ਕਮੇਟੀ ਸੰਗਤ ਵੱਲੋਂ ਪ੍ਰਮਾਣਿਕ ਬਣਾਈ ਗਈ ਆ ਸੋ ਇਹ ਜੋ ਸਾਡੇ ਇੱਥੇ ਕੱਲ੍ਹ ਐਡੀ ਮਤਭਾਗੀ ਘਟਨਾ ਮੋਰਿੰਡੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਹੋਈ ਆ ਉਸ ਦੇ ਅਗੇਂਸਟ ਦੇ ਵਿੱਚ ਬਈ ਜੋ ਪਹਿਲੀ ਪ੍ਰਬੰਧਕ ਕਮੇਟੀ ਵੱਲੋਂ ਕੋਈ ਅਣਗਹਿਲੀ ਕੀਤੀ ਗਈ ਹੈ ਉਹਨੂੰ ਪੁਰਾਣੀ ਕਮੇਟੀ ਭੰਗ ਕਰ ਦਿੱਤਾ ਗਿਆ ਅਤੇ ਨਵੀਂ ਕਮੇਟੀ ਹੈ ਜਿਹੜੀ ਅੱਜ ਇਹ ਬਣਾਈ ਗਈ ਹੈ ਮੇਨ ਕੀ ਹੋਏਗਾ ਇਸ ਕਮੇਟੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਕੰਮ ਰਹਿਣਗੇ ਤੁਹਾਡੇ ਨਹੀਂ ਅਸੀਂ ਜੀ ਸਭ ਤੋਂ ਪਹਿਲਾਂ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਇੰਸੀਡੈਂਟ ਹੋਇਆ ਇਹ ਕਿਉਂ ਹੋਇਆ ਇਹਦੇ ਬਾਰੇ ਵੀ ਅਸੀਂ ਘੋਖ ਕਰ ਰਹੇ ਹਾਂ ਕਿੱਥੋਂ ਸਾਥੇ ਕੋਈ ਪੁਰਾਣੀ ਕਮੇਟੀ ਨੂੰ ਗਲਤੀ ਹੋਈ ਆ ਤਾਂ ਕਿ ਸਾਤੋਂ ਨਾ ਹੋਵੇ ਗਲਤੀ ਕੋਈ ਇਹ ਜੀ ਉਹਦੇ ਬਾਰੇ ਵੀ ਅਸੀਂ ਇੱਥੇ ਕੈਮਰੇ ਵਗੈਰਾ ਦੀ ਜੋ ਕੋਈ ਸੈਟਿੰਗ ਹਿਲੀ ਹੋਈ ਠੀਕ ਕਰ ਰਹੇ ਹਾਂ ਅਤੇ ਬਾਕੀ ਸੰਗਤ ਨੂੰ ਵੀ ਮਿਲ ਕੇ ਸਾਰੀ ਸ਼ਹਿਰੀ ਸੰਗਤ ਨੂੰ ਰਾਤ ਨੂੰ ਬੁਲਾਇਆ ਉਹਨਾਂ ਨਾਲ ਬੈਠ ਕੇ ਸਾਰੀ ਨੇ ਮੀਟਿੰਗ ਕਰਨੀ ਆ ਵੀ ਆਪਾਂ ਫਰਦਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਬਾਰੇ ਕੀ ਕਰਨਾ ਚਾਹੁੰਦੇ ਹਾਂ ਆਪਾਂ ਕੀ ਕਰਿਆ ਜਾਵੇ ਇਹਦੇ ਬਾਰੇ ਹਰੇਕ ਵੀਕ ਅਸੀਂ ਆਪਸ 'ਚ ਮੀਟਿੰਗ ਕਰੂੰਗੇ ਹਰੇਕ ਮੰਥ ਸੰਗਤ ਨਾਲ ਮੀਟਿੰਗ ਕਰੂੰਗੇ ਮਹੀਨੇ ਸੰਗਰਾਂਦ ਹਰੇਕ ਸੰਗਰਾਂਦ ਨੂੰ ਤਾਂ ਕਿ ਇੱਥੇ ਕੋਈ ਸੁਝਾਅ ਕੋਈ ਸਾਡੇ ਖਿਲਾਫ਼ ਕੋਈ ਗੱਲ ਕੋਈ ਸਾਨੂੰ ਕਹਿਣੀ ਚਾਹੁੰਦਾ ਉਹ ਆ ਕੇ ਸੰਗਤ ਕਹਿ ਸਕੇ ਇਹ ਨਹੀਂ ਵੀ ਸਾਡੇ ਬਾਰੇ ਅਸੀਂ ਆਪਣੇ ਨਾਮ 5 ਜਣੇ ਲਿਖ ਕੇ ਗੇਟ ਦੇ ਉੱਪਰ ਲਾਉਂਗੇ ਆਪਣੇ ਮੋਬਾਈਲ ਨੰਬਰ ਲਿਖੂਗੇ ਨਾਲ ਤਾਂ ਕਿ ਸਾਡੇ ਸਿੱਧਾ ਰਾਬਤਾ ਸਾਡੇ ਨਾਲ ਕਰ ਸਕਣ ਕੋਈ ਸੰਗਤ ਰੂਪੀ ਕੋਈ ਪਰੇਸ਼ਾਨੀ ਹੈ ਕਿਸੇ ਨੂੰ ਤਾਂ ਸਾਡੇ 5 ਦੇ ਨਾਲ ਨੰਬਰ ਲਿਖੇ ਹੋਏ ਹੋਣਗੇ ਜਿਹੜੀ ਮਰਜ਼ੀ ਵੀਰ ਦੇ ਨਾਲ ਉਹ ਜੇ ਅਸੀਂ ਨਹੀਂ ਇੱਥੇ ਆ ਕੇ ਫੋਨ 'ਤੇ ਗੱਲ ਕਰ ਸਕਦੇ ਹਾਂ ਵੈਸੇ ਅਸੀਂ ਲੋਕਲ ਹਾਂ ਸਾਰੇ ਇੱਥੇ ਗੁਰਦੁਆਰਾ ਸਾਹਿਬ ਦੇ ਨੇੜੇ ਰਹਿਣ ਵਾਲੇ ਹਾਂ ਅਸੀਂ ਉਰੇ ਆਈ ਦਿਨ 4 ਜਣੇ ਚਲੇ ਜਾਂਦੇ ਹਾਂ ਕੰਮ ਕਰਨ ਵਾਲੇ ਬੰਦੇ ਜਿਹੜੀ ਤੁਸੀਂ ਰਿਪੋਰਟ ਆਪਣੇ ਆਪ 'ਚ ਤਿਆਰ ਕਰੋਗੇ ਕਿ ਇਸ ਇੰਸੀਡੈਂਟ ਨੂੰ ਲੈ ਕੇ ਉਹ ਫਿਰ ਤੁਸੀਂ ਜਿਹੜੀ 8 ਮੈਂਬਰੀ ਕਮੇਟੀ ਉਹਨਾਂ ਦੇ ਨਾਲ ਵੀ ਤਾਲਮੇਲ ਹੋਏਗਾ ਜਾਂ ਸਾਂਝੀ ਕਰੋਗੇ ਨਹੀਂ ਹਾਂ ਬਿਲਕੁਲ 8 ਮੈਂਬਰੀ ਜਿਹੜੀ ਕਮੇਟੀ ਹੈ ਜੀ ਉਹਨਾਂ ਦਾ ਅਲੱਗ ਕੰਮ ਆ ਉਹਨਾਂ ਨੇ ਦੇਖਣਾ ਪ੍ਰਸ਼ਾਸਨਿਕ ਕੰਮ ਜੋ ਉਹਦੀ ਜੋ ਅੱਗੇ ਜੋ ਵੀ ਹੋਣਾ ਫਰਦਰ ਅਸੀਂ ਜੋ ਵੀ ਜ਼ਿਆਦਾ ਧਿਆਨ ਸਾਡਾ ਗੁਰਦੁਆਰੇ ਵੱਲ ਆ ਅਸੀਂ ਗੁਰਦੁਆਰੇ ਦੇ ਵਿੱਚ ਜੋ ਪ੍ਰਬੰਧਾਂ ਦੀ ਘਾਟ ਉਹ ਅਸੀਂ ਪਹਿਲਾਂ ਠੀਕ ਕਰਾਉਣੇ ਸਭ ਤੋਂ ਜ਼ਰੂਰੀ ਹੁਣ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਜਿਵੇਂ ਬੇਅਦਬੀ ਹੁੰਦੀ ਹੈ ਉਸ ਤੋਂ ਬਾਅਦ ਸਿੱਧਾ ਜਿਹੜਾ ਹੈਗਾ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਉਸ ਮੁਲਜ਼ਮ ਨੂੰ ਤੁਹਾਨੂੰ ਕੀ ਲੱਗਦਾ ਵੀ ਪਹਿਲਾਂ ਜਿਹੜੀ ਹੈ ਕਮੇਟੀ ਦੇ ਹਵਾਲੇ ਹੋਣਾ ਚਾਹੀਦਾ ਸੀ ਕਮੇਟੀ ਨੇ ਕੋਈ ਪਹਿਲਾਂ ਫੈਸਲਾ ਲੈਣਾ ਚਾਹੀਦਾ ਸੀ ਜਾਂ ਸਿੱਧਾ ਹੀ ਪੁਲਿਸ ਦੀ ਹਿਰਾਸਤ ਵਿੱਚ ਦੇ ਦੇਣਾ ਚਾਹੀਦਾ ਨਹੀਂ ਦੇਖੋ ਦੋ ਪੱਖ ਹੈ ਜੀ ਇੱਕ ਤਾਂ ਹੁਣ ਜੋ ਕਮੇਟੀ ਦੇ ਮੈਂਬਰ ਤੇ ਪਹਿਲਾਂ ਉਹਨਾਂ ਨੇ ਪਤਾ ਨਹੀਂ ਕਿਉਂ ਪੁਲਿਸ ਨੂੰ ਪਹਿਲਾਂ ਫੋਨ ਕਰਤਾ ਸੰਗਤ ਨੂੰ ਦੱਸਿਆ ਨਹੀਂ ਉਹ ਸਾਨੂੰ ਅਸੀਂ ਨੇੜੇ ਇੱਥੇ ਕਿਸੇ ਬੰਦੇ ਦਾ ਫੋਨ ਆਇਆ ਅਸੀਂ 2 ਮਿੰਟ ਬਾਅਦ ਪਹੁੰਚ ਗਏ ਇੱਥੇ ਜਦੋਂ ਇਹ ਹੋਇਆ ਆ ਕੇ ਅਸੀਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਦੋਨੇ ਸਰੂਪਾਂ ਦਾ ਸੁਖਾਸਨ ਕਰਵਾਇਆ ਉਰੇ ਆ ਕੇ ਦਰਵਾਜ਼ੇ ਦੇਖੇ ਜਿੰਦੇ ਹੁੰਦੇ ਦੇਖੇ ਨੇ ਸਾਰਿਆਂ ਦੇ ਸੰਗਤ ਨੂੰ ਇੱਥੇ ਹੌਲੀ ਇਕੱਠਾ ਕਰਿਆ ਫਿਰ ਅੱਗੇ ਫਰਦਰ ਚਲੋ ਜੋ ਹੋਇਆ ਅੱਗੇ ਚੱਲਿਆ ਉਹ ਹੁਣ ਜਿਹੜਾ ਇੱਥੇ ਬੰਦੇ ਨੇ ਫੋਨ ਕਰਿਆ ਉਹਨੇ ਸਿੱਧਾ ਪੁਲਿਸ ਨੂੰ ਫੋਨ ਕਰਤਾ ਉਹ ਦੇਖਿਆ ਜਾਊਗਾ ਵੀ ਉਹਨੇ ਭਾਈ ਪੁਲਿਸ ਨੂੰ ਕਿਉਂ ਫੋਨ ਕਰਿਆ ਕਿਹੜਾ ਬੰਦਾ ਕਿਹੜਾ ਸੀ ਜਿਹਨੇ ਫੋਨ ਕਰਿਆ ਸਾਨੂੰ ਇਹ ਨਹੀਂ ਪਤਾ ਕਿਹਨੇ ਕਰਿਆ ਉਹੀ ਦੇਖਣਾ ਵੀ ਕਿਹਨੇ ਕਰਿਆ ਫੋਨ ਉਰੇ ਲੋਕਲ ਬੰਦਾ ਕੈਮਰੇ 'ਤੇ ਲੱਗੇ ਹੋਏ ਦੇਖੇਗਾ ਕੈਮਰੇ ਦੇ ਵਿੱਚ ਨਹੀਂ ਅਸੀਂ ਉਹਦੇ ਫੋਨ ਦੀ ਰਿਕਾਰਡਿੰਗ ਕਢਾਉਂਗੇ ਸਾਰੇ ਬੰਦਿਆਂ ਦੀ ਲੋਕਲਾਂ ਦੀ ਇੱਥੇ ਵੀ ਕਿਹਨੇ ਕਰਿਆ ਪੁਲਿਸ ਨੂੰ ਫੋਨ ਇਹ ਗੱਲ ਨਹੀਂ ਛੇਤੀ ਵੈਸੇ ਜਿਹੜੀ ਐਫ ਆਈ ਆਰ ਹੈਗੀ ਆ ਉਹ ਪੁਲਿਸ ਨੇ ਪਾਠੀ ਸਿੰਘਾਂ ਦੇ ਨਾਮ ਦੇ ਉੱਪਰ ਹੀ ਕੀਤੀ ਉਹਨਾਂ ਦੇ ਬਿਆਨਾਂ ਦੇ ਆਧਾਰ ਹਾਂ ਦੋ ਪਾਠੀ ਸਿੰਘਾਂ ਜੀ ਦੋ ਸਾਡੇ ਇੱਥੇ ਲੋਕਲ ਸਿੰਘ ਆ ਸਾਡੇ ਹੋਰ ਜਿਹੜੇ ਮੇਰੇ ਨਾਲ ਇੱਥੇ ਪਹੁੰਚ ਗਏ ਦੇ ਨਾਲ ਦੋ ਉਹਨਾਂ ਦੇ ਨਾਮ ਤੇ ਆ ਦੋ ਪਾਠੀ ਸਿੰਘਾਂ ਦੇ ਨਾਮ ਤੇ ਆ 4 ਸਿੰਘਾਂ ਵੱਲੋਂ ਐਫ ਆਈ ਆਰ ਜਿਹੜੀ ਦਰਜ ਕਰਵਾਈ ਗਈ ਹੈ ਹਾਂਜੀ ਸੋ ਅਸੀਂ ਵੀ ਪੂਰੀ ਆਪਣੀ ਜਾਨ ਲਾ ਦੂੰਗੇ ਜਿੰਨੀ ਸਾਡੇ ਵਿੱਚ ਹੈਗੀ ਸਾਰੀ ਟੀਮ ਖੜੀ ਹੈ ਅਤੇ ਵੱਧ ਤੋਂ ਵੱਧ ਪ੍ਰਬੰਧਕਾਂ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਗਾਹਾਂ ਵਾਸਤੇ ਉਹ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੂੰਗੇ ਹੁਣ ਜਦੋਂ ਕਮੇਟੀ ਦੀ ਚੋਣ ਹੁੰਦੀ ਹੈ ਔਰ ਇਸ ਦਾ ਐਲਾਨ ਜਾ ਕੇ ਜਦੋਂ ਵੇਰਕਾ ਚੌਂਕ 'ਤੇ ਧਰਨਾ ਲੱਗਿਆ ਹੋਇਆ ਉਸ ਦੇ ਵਿੱਚ ਇਤਰਾਜ਼ ਜਤਾਇਆ ਜਾਂਦਾ ਕਿ ਮੈਂਬਰ ਜਿਹੜੇ ਹੈਗੇ ਸਾਡੇ ਸ਼ਾਇਦ ਉਹਨਾਂ ਨੂੰ ਓਬਜੈਕਸ਼ਨ ਸੀ ਤੁਹਾਡੇ ਕਿਸੇ ਚੋਣ ਦੇ ਉਹ ਐਕਚੁਅਲੀ ਉਹ ਕੀ ਹੋ ਗਿਆ ਉਹ ਕਹਿੰਦੇ ਵੀ ਇੱਥੇ ਆ ਕਮੇਟੀ ਚੁਣੋ ਤੁਸੀਂ ਵੀ ਜਿਹੜੀ ਕਮੇਟੀ ਚੁਣਨੀ ਆ ਉਹ ਆ ਕੇ ਉੱਥੇ ਇੱਥੋਂ 2 ਕਿਲੋਮੀਟਰ ਦੂਰ ਆਈ ਉਹ ਵੇਰਕਾ ਚੌਂਕ ਵੀ ਵੇਰਕਾ ਚੌਂਕ 'ਚ ਆ ਕੇ ਕਮੇਟੀ ਚੁਣੋ ਹੁਣ ਕਮੇਟੀ ਚੁਣਨੀ ਆਪਣੇ ਗੁਰਦੁਆਰਾ ਸਾਹਿਬ ਦੀ ਆ ਉਰੇ ਐਡੀਆਂ ਵੱਡੀਆਂ ਸੰਪਰਦਾਵਾਂ ਐਡੀ ਵੱਡੀ ਸੰਗਤ ਉਰੇ ਦੇਖੋ ਤੁਸੀਂ ਦੇਖ ਤੁਸੀਂ ਸਵੇਰ ਦੇ ਦੇਖ ਰਹੇ ਹਾਂ ਉਰੇ ਤਿਲ ਸਿੱਟੂ ਜਗ੍ਹਾ ਨਹੀਂ ਹੈਗੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭ ਕਰਵਾਇਆ ਪਹਿਲਾਂ ਇੱਥੇ ਹੁਣ ਅਸੀਂ ਪਹਿਲਾਂ ਇੱਥੇ ਦੇ ਕੰਮ ਕਰੀਏ ਕਿ ਪਹਿਲਾਂ ਉੱਥੇ ਜਾ ਕੇ ਉਹਨਾਂ ਦੀ ਗੱਲ ਸੁਣੀਏ ਐਡੀ ਦੂਰ ਦੂਰੀ ਸੰਗਤ ਇੱਥੇ ਗੁਰਦੁਆਰਾ ਸਾਹਿਬ 'ਚ ਆਈ ਹੋਈ ਸੀ ਇੱਥੇ ਲੰਗਰ ਪਾਣੀ ਵੀ ਚਲਾਉਣਾ ਸੰਗਤ ਵਾਸਤੇ ਇੰਨਾ ਗਰਮੀ ਦਾ ਮੌਸਮ ਆ ਟੈਂਟ ਲਾਏ ਹੋਏ ਆ ਲੱਸੀ ਪਾਣੀ ਵੀ ਚਲਾਏ ਉਹਨਾਂ ਵਾਸਤੇ ਸੋ ਅਸੀਂ ਉਰੇ ਦੇ ਵੀ ਫਿਰ ਦੇਖਣੇ ਦੇ ਅਰੇਂਜਮੈਂਟ ਅਤੇ ਸਾਰੀ ਸੰਗਤ ਇੱਥੇ ਇਕੱਠੀ ਹੋਈ ਉਰੀ ਬੈਠ ਕੇ ਸਾਰਿਆਂ ਨੇ ਇਹ ਫੈਸਲਾ
ਉਹ ਇੱਕ ਵਾਰ ਚਲੇ ਗਏ ਸਾਰੇ ਪਾਸੇ ਉਹ ਹੈ ਕਿਹੜੇ ਉਹ ਆਪਣੇ ਲੋਕਲ ਹੀ ਹੈਗੇ ਜਾਂ ਬਾਹਰ ਦੇ ਬਾਹਰ ਦੇ ਆ ਜੀ ਜ਼ਿਆਦਾਤਰ ਉਹ ਸਾਡਾ ਲੋਕਲ ਤਾਂ ਕੋਈ ਮਰਿੰਡੇ ਦਾ ਹੈ ਨਹੀਂ ਕੋਈ ਨੇੜੇ ਦਾ ਤਾਂ ਉਹ ਬਾਹਰ ਦੇ ਆ ਜੀ ਸਾਰੇ ਮਰਿੰਡਾ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਔਰ ਇੱਥੋਂ ਦੇ ਹੀ ਲੋਕਾਂ ਨੇ ਜਿਹੜੇ ਡਿਸਾਈਡ ਕੀਤਾ ਵੀ ਆਹ ਸਾਡੇ ਮੈਂਬਰ ਹੈਗੇ ਪੰਜ ਹਾਂ ਨਹੀਂ ਮਰਿੰਡੇ ਦੇ ਵੀ ਸੰਗਤ ਨੇ ਕੀਤਾ ਜੀ ਮਰਿੰਡੇ ਦੀ ਸੰਗਤ ਵੀ ਆ ਉਹ ਸਾਡੇ ਪਿੰਡਾਂ ਦੀ ਸੰਗਤ ਵੀ ਆ ਉਹ ਜਿਹੜੀ ਬਾਹਰੋਂ ਸੰਗਤ ਆਈ ਹੋਈ ਤੇ ਉਹ ਵੀ ਸੰਗਤ ਵੀ ਆ ਉਹ ਔਰ ਅੱਜ ਅਸੀਂ ਕੱਲ੍ਹ ਮੈਂ ਬੋਲ ਕੇ ਵੀ ਪਾਇਆ ਫੇਸਬੁੱਕ 'ਤੇ ਪਾਇਆ ਵੀ ਇੱਥੇ ਅੱਜ ਅਖੰਡਪਾਠ ਸਾਹਿਬ ਆਰੰਭ ਹੋਣਾ ਸੋ ਗੱਲ ਬਹੁਤ ਦੂਰ ਤੱਕ ਪਹੁੰਚ ਗਈ ਗੁਰਦਾਸਪੁਰ ਤੱਕ ਦੀ ਸੰਗਤ ਇੱਥੇ ਅੱਜ ਆਈ ਹੋਈ ਸੀ ਅੱਜ ਸਵੇਰੇ ਸੋ ਸੰਗਤ ਬੜੀ ਦੂਰ ਤੇ ਆਈ ਹੋਈ ਸੀ ਪਰਸੋਂ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਉਣੇ ਆ ਸੋ ਅਸੀਂ ਫਿਰ ਬੇਨਤੀ ਕਰਦੇ ਹਾਂ ਭਾਈ ਪਰਸੋਂ ਨੂੰ ਵੀ ਵੱਧ ਤੋਂ ਵੱਧ ਸੰਗਤ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ ਉਰੇ ਜ਼ਰੂਰ ਪਹੁੰਚੋ ਜਿੱਥੇ ਤੱਕ ਸਾਡੀ ਆਵਾਜ਼ ਆਉਂਦੀ ਆ ਵੱਧ ਤੋਂ ਅਸੀਂ ਇੱਥੇ ਪ੍ਰਬੰਧ ਵੀ ਕਰ ਰਹੇ ਹਾਂ ਸੰਗਤ ਵਾਸਤੇ ਇੱਥੇ ਜੋ ਪਰਸੋਂ ਨੂੰ ਸੰਗਤ ਆਊਗੀ ਉਹਦੇ ਵਾਸਤੇ ਸੋ ਅਸੀਂ ਆਪਣੇ ਵੱਲੋਂ ਜੀ ਪੂਰਾ ਜ਼ੋਰ ਲਾ ਰਹੇ ਹਾਂ ਹੁਣ ਵੀ ਫਰਦਰ ਕੋਈ ਇਹੋ ਜਿਹੀ ਇੰਸੀਡੈਂਟ ਨਾ ਹੋਵੇ ਸੋ ਅਸੀਂ ਪੂਰੀ ਕੋਸ਼ਿਸ਼ ਕਰੂੰਗੇ ਇਹਦੇ ਵਾਸਤੇ ਮੇਰਾ ਆਖਰੀ ਸਵਾਲ ਤੁਹਾਨੂੰ ਕੀ ਤਰੁੱਟੀਆਂ ਲੱਗੀਆਂ ਜਾਂ ਕੀ ਕਮੀਆਂ ਲੱਗੀਆਂ ਜਿਹੜੀਆਂ ਸਭ ਤੋਂ ਪਹਿਲਾਂ ਪੰਜ ਮੈਂਬਰੀ ਕਮੇਟੀ ਉਸ ਦੇ ਉੱਪਰ ਐਕਸ਼ਨ ਲਵੇਗੀ ਜਾਂ ਉਸ ਨੂੰ ਸਹੀ ਕਰੇਗੀ ਨਹੀਂ ਅਸੀਂ ਉਹਦੇ ਵਾਸਤੇ ਹੀ ਹੁਣ ਮੀਟਿੰਗ ਕਰਨ ਵਾਸਤੇ ਜਾ ਰਹੇ ਤੇ ਐਕਚੁਅਲੀ ਤੁਸੀਂ ਸਾਨੂੰ ਰਸਤੇ 'ਚ ਰੋਕ ਲਿਆ ਅਸੀਂ ਮੀਟਿੰਗ ਵਾਸਤੇ ਹੀ ਜਾ ਰਹੇ ਤੇ ਹੁਣ ਅਸੀਂ ਜਦੀ ਕਮੇਟੀ ਬਣੀ ਅਸੀਂ ਇਕੱਠੇ ਹੀ ਨਹੀਂ ਹੋਏ ਸਾਨੂੰ ਬਾਹਰ ਸੰਗਤ ਪੁੱਛ ਰਹੀ ਆ ਬੈਠੀ ਦੇਖੋ ਕਿੰਨੀ ਸੰਗਤ ਬੈਠੀ ਆ ਵੀ ਤੁਹਾਡਾ ਫਰਦਰ ਐਕਸ਼ਨ ਕੀ ਹੋਊਗਾ ਹੁਣ ਅਸੀਂ ਦੱਸੂਗੇ ਉਹਨਾਂ ਨੂੰ ਤਾਂ ਜੇ ਅਸੀਂ ਆਪਸ 'ਚ ਗੱਲ ਕਰੂੰਗੇ ਅਜੇ ਅਸੀਂ ਇਕੱਠੇ ਹੀ ਨਹੀਂ ਹੋਏ ਆਪਸ 'ਚ ਸਾਨੂੰ ਅਜੇ ਇੱਥੇ ਲੰਗਰ ਇੱਕ ਸਿੰਘ ਲੰਗਰ 'ਚ ਖੜਾ ਹੈ ਅਸੀਂ ਉਹਦੇ ਸੰਗਤ 'ਚ ਗਏ ਹੋਏ ਤੇ ਸੋ ਅਸੀਂ ਅਜੇ ਸਾਰੇ ਦੂਰ ਦੂਰ ਦੇ ਹੁਣ ਅਸੀਂ ਇਕੱਠੇ ਪਹਿਲੀ ਵਾਰ ਹੋਏ ਸਵੇਰ ਦੇ ਸੋ ਹੁਣ ਬੈਠ ਕੇ ਅਸੀਂ ਮੀਟਿੰਗ ਕਰਨ ਲੱਗੇ ਹਾਂ ਇਹਦੇ ਵਾਰੀ ਵੀ ਆਪਾਂ ਫਰਦਰ ਕੀ ਐਕਸ਼ਨ ਲੈਣਾ ਸਭ ਤੋਂ ਪਹਿਲਾਂ ਕੀ ਕਰੀਏ ਉਹਦੇ ਵਾਸਤੇ ਅਸੀਂ ਇਕੱਠੇ ਹੋ ਰਹੇ ਹਾਂ ਜੀ ਹੁਣ ਪਹਿਲਾਂ ਤਾਂ ਮਰਿਆਦਾ ਬਹਾਲ ਕਰਨ ਦੀ ਗੱਲ ਹੋਊਗੀ ਸਰ ਠੀਕ ਹੈ ਲੋਕਾਂ ਦਾ ਵਿਸ਼ਵਾਸ ਇੱਥੇ ਜਿੱਤਣਾ ਪਊਗਾ ਸਾਨੂੰ ਠੀਕ ਹੈ ਤਾਂ ਕਿ ਸੰਗਤ ਹੈ ਜਿਹੜੀ ਗੁਰੂ ਸਾਹਿਬ ਦੇ ਨਾਲ ਜੁੜੀ ਰਹੇ ਠੀਕ ਹੈ ਜਿਹੜੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਮਰਿਆਦਾ ਹੈ ਉਹੀ ਇੱਥੇ ਲਾਗੂ ਕਰਾਈ ਜਾਵੇ ਠੀਕ ਹੈ ਤੁਹਾਡੇ ਕੋਈ ਵਿਚਾਰ ਹੋਣ ਵੀ ਕਮੇਟੀ ਦੇ ਵਿੱਚ ਇਹ ਜਿਹੜਾ ਹੋ ਸਕਦਾ ਹੈ ਨਹੀਂ ਅਸੀਂ ਤਾਂ ਹੁਣ ਪਹਿਲਾਂ ਮੀਟਿੰਗ ਕਰ ਲਈ ਉਸ ਤੋਂ ਬਾਅਦ ਜੋ ਆਪਣਾ ਡਿਸੀਜਨ ਆਏਗਾ ਉਹ ਸਾਨੂੰ ਦੱਸ ਦਾਂਗੇ ਇਹ ਕਮੇਟੀ ਹੈ ਔਰ ਮੀਟਿੰਗ ਹੋਰ ਵੀ ਇਸ ਤੋਂ ਬਾਅਦ ਪਰ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਚੁਣੀ ਗਈ ਹੈ ਜੋ ਗੁਰਦੁਆਰੇ ਦੀ ਦੇਖ ਰੇਖ ਕਰੇਗੀ ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰਾਹੁਲ ਕਲਾ ਦਾ ਖਾਲਸ ਟੀਵੀ ਮਰਿੰਡਾ।